ਸਤਿ ਸ਼੍ਰੀ ਅਕਾਲ ਜੀ, ਮੈਂ ਡਾਕਟਰ ਸਵੈਮਾਨ ਸਿੰਘ ਪਖੋਕੇ, ਵੈਲਕਮ ਬੈਕ ਟੂ ਅਰ ਸ਼ੋ ਰੋਡ ਟੂ ਮੈਡੀਸਨ। ਪਿਛਲੇ ਹਫ਼ਤੇ ਆਪਾਂ ਡਿਸਕਸ ਕੀਤਾ ਸੀ ਹਾਈਪਰਟੈਂਸ਼ਨ, ਹਾਈ ਬਲੱਡ ਪ੍ਰੈਸ਼ਰ। ਕਾਫੀ ਲੋਕਾਂ ਨੇ ਸਾਨੂੰ ਫੀਡਬੈਕ ਦਿੱਤੀ, ਥੈਂਕ ਯੂ ਫੋਰ ਯੋਰ ਕੁਐਸਚਨਸ। ਹੋਪਫੁਲੀ ਤੁਹਾਨੂੰ ਸਾਡੀ ਰਿਪਲਾਈ ਵੀ ਠੀਕ ਲੱਗੇ। ਜੇ ਇੱਦਾਂ ਹੀ ਇਸ ਐਪੀਸੋਡ 'ਤੇ ਤੁਹਾਡੀ ਫੀਡਬੈਕ ਬਹੁਤ ਜ਼ਰੂਰੀ ਹੈ, ਸੋ ਪਲੀਜ਼ ਡੈਫਨਲੀ ਸੈਂਡ ਯੋਰ ਫੀਡਬੈਕ ਟੂ ਮਾਈ ਈਮੇਲ drswaiman@justbroadcasting.com। ਥੈਂਕ ਯੂ। ਸੋ ਸ਼ੁਰੂ ਕਰਦੇ ਹਾਂ ਅੱਜ ਦਾ ਸ਼ੋਅ। ਅੱਜ ਦਾ ਟੋਪਿਕ ਐਸਾ ਟੋਪਿਕ ਆ ਜਿਹੜਾ ਕਿ ਓਲੰਪਿਕ ਐਥਲੀਟਸ ਨੂੰ ਵੀ ਇਫੈਕਟ ਕਰਦਾ, ਪ੍ਰੈਜ਼ੀਡੈਂਟਸ ਨੂੰ, ਐਕਟਰਸ ਨੂੰ, ਖਿਡਾਰੀਆਂ ਨੂੰ, ਕੋਈ ਵੀ ਇਨਸਾਨ, ਕੋਈ ਵੀ ਐਸਾ ਫੀਲਡ ਨਹੀਂ ਜਿਹੜਾ ਇਸ ਚੀਜ਼ ਦਾ ਸ਼ਿਕਾਰ ਨਾ ਹੋਇਆ ਹੋਵੇ। ਉਹ ਆ ਡਾਇਬੀਟੀਜ਼। ਡਾਇਬੀਟੀਜ਼ ਐਸੀ ਬਿਮਾਰੀ ਆ ਜਿਹੜੀ ਕਿਸੇ ਨੂੰ ਵੀ ਹੋ ਸਕਦੀ ਆ। ਅਕਸਰ ਪਿੰਡਾਂ 'ਚ ਲੋਕ ਕਹਿੰਦੇ ਆ ਕਿ ਪਿੰਡਾਂ ਵਾਲਿਆਂ ਨੂੰ ਡਾਇਬੀਟੀਜ਼ ਨਹੀਂ ਹੁੰਦੀ, ਸ਼ੂਗਰ ਦੀ ਪ੍ਰੋਬਲਮ, ਡਾਇਬੀਟੀ ਆਪਣੀ ਪਿੰਡਾਂ ਵਾਲੇ ਲੋਕਾਂ ਨੂੰ ਨਹੀਂ ਹੋ ਸਕਦੀ ਕਿਉਂਕਿ ਅਸੀਂ ਤਾਂ ਸ਼ੂਗਰ ਨਹੀਂ ਖਾਂਦੇ। ਇਹਦਾ ਸ਼ੂਗਰ ਖਾਣ ਨਾਲ ਕੋਈ ਇੰਨਾ ਲੈਣ ਦੇਣ ਨਹੀਂ ਹੈਗਾ, ਠੀਕ ਹੈ। ਸੋ ਵੀ ਵਿਲ ਡਿਸਕਸ ਇਟ ਇਨ ਆਰ ਸ਼ੋਅ ਟੂਡੇ ਕਿ ਡਾਇਬੀਟੀਜ਼ ਕੀ ਹੁੰਦੀ ਆ, ਕਿਵੇਂ ਹੁੰਦੀ ਆ, ਕੀ ਤੁਸੀਂ ਕਰ ਸਕਦੇ ਜੋ ਇਹਨੂੰ ਪ੍ਰੀਵੈਂਟ ਕਰਨ ਲਈ, ਅਤੇ ਜੇ ਤੁਹਾਨੂੰ ਖੁਦਾ ਨਾ ਖਾਸਤਾ ਡਾਇਬੀਟੀਜ਼ ਹੋ ਜਾਂਦੀ ਆ ਤਾਂ ਕੀ ਸਟੈਪਸ ਤੁਸੀਂ ਲੈ ਸਕਦੇ ਜੋ ਇੱਕ ਨੋਰਮਲ ਲਾਈਫ ਲਿਵ ਕਰਨ ਲਈ। ਸੋ ਇਹ ਟੋਪਿਕ ਅਸੀਂ ਕਿਉਂ ਡਿਸਕਸ ਕਰ ਰਹੇ ਹਾਂ, ਇਹ ਟੋਪਿਕ ਦਾ ਇਹ ਰੀਜ਼ਨ ਹੈ ਕਿਉਂਕਿ ਇਹ ਐਸੀ ਚੀਜ਼ ਹੈ ਜਿਹੜੀ ਨਿਆਣਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਸਭ ਨੂੰ ਇਫੈਕਟ ਕਰਦੀ ਹੈ। ਪਿਛਲੇ ਸਾਲ ਅਸੀਂ ਆਪਣੇ ਕੈਂਪਾਂ ਵਿੱਚ ਸੀ ਪੰਜਾਬ ਵਿੱਚ, ਅਤੇ ਉੱਥੇ ਇੱਕ ਪੇਸ਼ੈਂਟ ਆਇਆ, ਨਾਲ ਉਹਦੀ ਮਦਰ ਸੀ, 10 ਸਾਲ ਦਾ ਬੱਚਾ ਸੀ। ਅਤੇ ਮਾਂ ਨੂੰ ਪਹਿਲਾਂ ਅਸੀਂ ਵੇਖਿਆ, ਚਲੋ ਜੋ ਵੀ ਆ ਉਹਦਾ ਟ੍ਰੀਟਮੈਂਟ ਸ਼ੁਰੂ ਕੀਤਾ, ਅਤੇ ਮਾਂ ਆਉਂਦੀ ਆ, ਮੇਰਾ ਬੱਚਾ ਮਹੀਨਾ ਕੁ ਹੋ ਗਿਆ, ਇਹ ਬੋਲ ਨਹੀਂ ਰਿਹਾ, ਉਹਦਾ ਮੂੰਹ ਟੱਡਿਆ ਸੀ, ਛੋਟਾ ਜਿਹਾ ਨਿਆਣਾ। ਅਤੇ ਮੈਂ ਕਿਹਾ ਕੀ ਗੱਲ ਆ, ਮਤਲਬ ਕਿ ਇਹਨੂੰ ਕੋਈ ਹਿਸਟਰੀ ਆ, ਇਹ ਵੋ। ਉਹਨੇ ਕਿਹਾ ਆਉਂਦੀ ਇਹਨੂੰ ਆ ਸ਼ੂਗਰ ਦੀ ਪ੍ਰੋਬਲਮ ਆ। ਮੈਂ ਕਿਹਾ ਕਿ ਪੱਕਾ ਕੋਈ ਉਹਦੇ ਵਿੱਚ ਹੀ ਕੋਈ ਪ੍ਰੋਬਲਮ ਜਾਂ ਦਵਾਈ 'ਚ ਜਾਂ ਕੁਛ। ਉਹਨੇ ਮੈਨੂੰ ਆਪਣੀ ਮੈਡੀਕੇਸ਼ਨ ਲਿਸਟ ਦਿੱਤੀ, ਉਹਦੇ ਵਿੱਚ ਬਹੁਤ ਕਲੀਅਰਲੀ ਬੜੀ ਸੋਹਣੀ ਹੈਂਡ ਰਾਈਟਿੰਗ 'ਚ ਡਾਕਟਰ ਨੇ ਲਿਖਿਆ ਕਿ ਲੌਂਗ ਐਕਟਿੰਗ ਇੰਸੂਲਿਨ ਇੱਕ ਵਾਰੀ ਲੈਣੀ ਰਾਤ ਨੂੰ, ਅਤੇ ਸ਼ੋਰਟ ਐਕਟਿੰਗ ਵਿਦ ਮੀਓਸ। ਅਤੇ ਮੈਂ ਕਿਹਾ ਕਿ ਠੀਕ ਹੈ ਤੁਸੀਂ ਲੈ ਰਹੇ ਹੋ? ਆਉਂਦੀ ਹਾਂ, ਇਹ ਇੱਦਾਂ ਹੀ ਮੈਂ ਜਿੱਦਾਂ ਡਾਕਟਰ ਨੇ ਕਿਹਾ ਉੱਦਾਂ ਹੀ ਦੇ ਰਹੀ ਹਾਂ। ਅਤੇ ਮੈਂ ਕਿਹਾ ਆਪਣੀਆਂ ਦਵਾਈਆਂ ਦਿਖਾਓ। ਦਵਾਈਆਂ ਚੈੱਕ ਕੀਤੀਆਂ ਤਾਂ ਉਹਦੇ ਵਿੱਚ ਸਿਰਫ ਲੌਂਗ ਐਕਟਿੰਗ ਇੰਸੂਲਿਨ ਸੀ। ਅਤੇ ਇਹਦਾ ਮਤਲਬ ਕਿ ਉਹ ਮਾਂ ਆਪਣੇ ਬੱਚੇ ਨੂੰ, ਵਿਚਾਰੀ ਅਨਪੜ੍ਹ ਸੀ, ਉਹਨੂੰ ਅੰਗਰੇਜ਼ੀ ਆਉਂਦੀ ਨਹੀਂ, ਡਾਕਟਰ ਨੇ ਅੰਗਰੇਜ਼ੀ 'ਚ ਲਿਖਤਾ, ਫਾਰਮਾਸਿਸਟ ਨੇ ਅੱਗੇ ਉੱਦਾਂ ਹੀ ਦੇ ਦਿੱਤੀ। ਹੋ ਸਕਦਾ ਉਹਨੇ ਐਕਸਪਲੇਨ ਕੀਤੀ ਹੋਵੇ, ਇਹਨੂੰ ਸਮਝ ਨਹੀਂ ਆਈ, ਜਾਂ ਉਹਨੇ ਜਾਂ ਡਾਕਟਰ ਨੇ ਨਹੀਂ ਸਮਝਾਇਆ, ਜਾਂ ਫਾਰਮਾਸਿਸਟ, ਜਾਂ ਕਿਸੇ ਦੀ ਗਲਤੀ ਆ, ਪਤਾ ਨਹੀਂ ਪਰ ਕਿਹਦੀ ਆ, ਪਰ ਉਹ ਚੀਜ਼ ਉਹ ਬੱਚੇ ਨੂੰ ਇਫੈਕਟ ਕੀਤੀ। ਉਹ ਬੱਚਾ ਇਸ ਬਿਮਾਰੀ ਦਾ ਸ਼ਿਕਾਰ ਹੋਇਆ। ਅਸੀਂ ਉਹਦੀਆਂ ਦਵਾਈਆਂ ਅਤੇ ਕਰੈਕਸ਼ਨਾਂ ਕੀਤੀਆਂ, ਅਤੇ ਹਫ਼ਤੇ ਬਾਅਦ ਉਹ ਕਾਫੀ ਉਹਦੀ ਸਿਹਤ ਵਿੱਚ ਇੰਪਰੂਵਮੈਂਟ ਆਈ। ਸੋ ਇਸ ਲਈ ਅਸੀਂ ਇਸ ਸ਼ੋਅ ਦੇ ਉੱਪਰ ਡਾਇਬੀਟੀਜ਼ ਨੂੰ ਡਿਸਕਸ ਕਰ ਰਹੇ ਹਾਂ ਕਿ ਲੋਕਾਂ ਨੂੰ ਪਤਾ ਲੱਗੇ ਕਿ ਇਹ ਹੁੰਦੀ ਕੀ ਆ, ਇਹਦੀ ਟ੍ਰੀਟਮੈਂਟ ਕੀ ਆ, ਕਿ ਇੰਸੂਲਿਨਾਂ ਕੀ ਹੁੰਦੀਆਂ, ਅਲੱਗ ਅਲੱਗ ਇੰਸੂਲਿਨ ਕਿ ਸਾਰੀਆਂ ਸੇਮ ਨਹੀਂ ਹੁੰਦੀਆਂ, ਨਾ ਹੀ ਜਿੱਦਾਂ ਦਵਾਈਆਂ ਸਾਰੀਆਂ ਸੇਮ ਹੁੰਦੀਆਂ। ਸੋ ਡਾਇਬੀਟੀਜ਼ ਅਮੈਰੀਕਾ ਵਿੱਚ ਆਲਮੋਸਟ 10% ਤੋਂ ਵੱਧ ਲੋਕਾਂ ਨੂੰ ਆ। ਇਹ ਕੋਈ ਐਸੀ ਬਿਮਾਰੀ ਨਹੀਂ ਜਿਹੜੀ ਇੱਦਾਂ ਕਿੱਦਾਂ। ਸੋ 1 out of 10 ਪੀਪਲ ਹੈਵ ਡਾਇਬੀਟੀਜ਼। ਇਟਸ ਵਨ ਆਫ ਦਾ ਮੋਸਟ ਕਾਮਨ ਚੀਜ਼ਾਂ ਜਿਹੜੀਆਂ ਸਾਨੂੰ ਹੋਸਪਿਟਲ 'ਚ ਮਿਲਦੀਆਂ, ਬਿਕੋਜ਼ ਇਹੋ ਹੀ ਲੋਕ ਨੇ ਜਿਨ੍ਹਾਂ ਨੂੰ ਹਾਰਟ ਡਿਜ਼ੀਜ਼ ਹੁੰਦਾ। 70% ਆਫ ਦ ਪੀਪਲ ਜਿਨ੍ਹਾਂ ਨੂੰ ਡਾਇਬੀਟੀਜ਼ ਆ, ਉਹ ਹਾਰਟ ਡਿਜ਼ੀਜ਼ ਦੇ ਸ਼ਿਕਾਰ ਹੁੰਦੇ ਆ, ਹਾਰਟ ਡਿਜ਼ੀਜ਼ ਤੋਂ ਹੀ ਮਰਦੇ ਆ। ਸੋ ਜੇ ਅਸੀਂ ਉਹਨਾਂ ਦੀ ਡਾਇਬੀਟੀਜ਼ ਕੰਟਰੋਲ ਕਰ ਸਕੀਏ, ਤਾਂ ਹੋ ਸਕਦਾ ਅਸੀਂ ਉਹਨਾਂ ਦੀ ਜ਼ਿੰਦਗੀ ਓਨੀ ਹੀ ਲੰਬੀ ਕਰ ਸਕਦੇ ਜਿੰਨੀ ਇੱਕ ਨੋਰਮਲ ਇਨਸਾਨ ਦੀ ਹੁੰਦੀ ਆ। ਸੋ ਇਟਸ ਵੈਰੀ ਇੰਪੋਰਟੈਂਟ ਟੂ ਨੋ ਵਟ ਇਜ਼ ਡਾਇਬੀਟੀਜ਼ ਐਂਡ ਹਾਊ ਟੂ ਟ੍ਰੀਟ ਇਟ। ਸੋ ਸ਼ੁਰੂ ਕਰਦੇ ਹਾਂ, ਡਾਇਬੀਟੀਜ਼ ਹੁੰਦੀ ਕੀ ਆ, ਕਿੰਨੀ ਟਾਈਪਸ ਦੀ ਆ? ਸੋ ਦੇ ਆਰ 2 ਟਾਈਪ ਆਫ ਡਾਇਬੀਟੀਜ਼, ਟਾਈਪ 1, ਟਾਈਪ 2। ਟਾਈਪ 1 ਡਾਇਬੀਟੀਜ਼ ਯੂਜਲੀ ਛੋਟੀ ਉਮਰ 'ਚ ਹੁੰਦੀ ਆ, ਇਹ ਕੋਈ ਭਾਰ ਨਾਲ ਨਹੀਂ ਇਹਦਾ ਕੋਈ ਰਿਲੇਸ਼ਨ। ਯੂਜਲੀ ਅਜੇ ਤੱਕ ਸਾਇੰਸਦਾਨਾਂ ਨੂੰ ਵੀ ਨਹੀਂ ਪਤਾ ਕਿ ਇਹ ਕਿਉਂ ਹੁੰਦੀ ਆ। ਕਈ ਆਉਂਦੇ ਕਿ ਕੋਈ ਵਾਇਰਲ ਇਨਫੈਕਸ਼ਨ ਹੋਈ, ਉਹਦੇ ਨਾਲ ਤੁਹਾਡੀ ਪੈਂਕਰੀਅਸ, ਜਿੱਥੇ ਇੰਸੂਲਿਨ ਪ੍ਰੋਡਿਊਸ ਹੁੰਦੀ, ਇੰਸੂਲਿਨ ਉਹ ਹਾਰਮੋਨ ਆ ਜਿਹੜੀ ਬਹੁਤ ਜ਼ਰੂਰੀ ਆ ਕੋਈ ਵੀ। ਸੋ ਤੁਸੀਂ ਕੁਛ ਵੀ ਖਾਂਦੇ ਜੋ, ਉਹ ਗਲੂਕੋਜ਼ ਬਣਦਾ, ਉਹ ਸ਼ੂਗਰ ਬਣਦਾ, ਉਹ ਸ਼ੂਗਰ ਤੁਹਾਡੇ ਖੂਨ 'ਚ ਜਾਂਦੀ ਆ।
ਉਹ ਖੂਨ ਚੋਂ ਤੁਹਾਡੇ ਆਂਦਰਾਂ ਨੂੰ ਫੇਰ ਹੀ ਜਾ ਸਕਦੀ ਹੈ ਜੇ ਇਨਸੁਲਿਨ ਉਹ ਇੱਕ ਪਰਟੀਕੂਲਰ ਰਿਸੈਪਟਰ ਨੂੰ ਅਟੈਚ ਕਰਦਾ। ਸਮਝੋ ਕਿ ਤੁਸੀਂ ਹਾਈਵੇ 'ਤੇ ਡਰਾਈਵ ਕਰ ਰਹੇ ਹੋ, ਤੁਸੀਂ ਟਰਨ ਪਾਈਕ 'ਤੇ ਡਰਾਈਵ ਕਰਨ ਲੱਗੇ ਜੋ, ਜਾਂ ਤੁਸੀਂ ਕਿਸੇ ਬ੍ਰਿਜ 'ਤੇ ਜਾਣ ਲੱਗੇ ਜੋ, ਬ੍ਰਿਜ ਦੇ ਚੜ੍ਹਨ ਤੋਂ ਪਹਿਲਾਂ ਤੁਹਾਨੂੰ ਟੋਲ ਦੇਣਾ ਪੈਂਦਾ, ਰਾਈਟ? ਸੋ ਇਨਸੁਲਿਨ ਉਹੀ ਟੋਲ ਆ। ਜੇ ਤੁਹਾਡੇ ਇਨਸੁਲਿਨ ਨਹੀਂ ਹੈਗੀ, ਤੁਸੀਂ ਉਹ ਟੋਲ ਨਹੀਂ ਦਿੱਤਾ, ਤੁਸੀਂ ਉਹ ਬ੍ਰਿਜ 'ਤੇ ਨਹੀਂ ਚੜ੍ਹ ਸਕਦੇ। ਇੱਦਾਂ ਹੀ ਜੇ ਗਲੂਕੋਜ਼ ਤੁਹਾਡੇ ਬਲੱਡ ਵਿੱਚ ਆ ਪਰ ਤੁਹਾਡੇ ਕੋਲ ਇਨਸੁਲਿਨ ਨਹੀਂ ਹੈਗੀ, ਉਹ ਗਲੂਕੋਜ਼ ਤੁਹਾਡੇ ਬਲੱਡ ਵਿੱਚ ਹੀ ਰਹੂਗੀ, ਉਹ ਤੁਹਾਡੀਆਂ ਆਂਦਰਾਂ ਨੂੰ ਨਹੀਂ ਜਾ ਸਕਦੀ, ਤੁਹਾਡੇ ਦਿਮਾਗ ਨੂੰ ਖੰਡ ਨਹੀਂ ਜਾਊਗੀ, ਤੁਹਾਡੀਆਂ ਲਿਵਰ ਨੂੰ ਖੰਡ ਨਹੀਂ ਜਾਊਗੀ, ਤੁਹਾਡੀ ਕਿਡਨੀਜ਼ ਨੂੰ ਖੰਡ ਨਹੀਂ ਜਾਊਗੀ, ਤੁਹਾਡੇ ਹਾਰਟ ਨੂੰ ਖੰਡ ਨਹੀਂ ਜਾਊਗੀ, ਤੁਹਾਡੀ ਕੋਈ ਵੀ ਐਸੀ ਸਰੀਰ ਦੀ ਜਗ੍ਹਾ ਨਹੀਂ ਜਿੱਥੇ ਉਹ ਐਨਰਜੀ ਨਹੀਂ ਜਾਊਗੀ। ਸੋ ਤੁਹਾਡੇ ਅੰਦਰ ਤਾਂ ਰੋਟੀ ਹੈਗੀ ਆ ਪਰ ਤੁਹਾਡੀਆਂ ਆਂਦਰਾਂ ਤੜਫਣਦੀਆਂ ਭੁੱਖ ਨਾਲ। ਸੋ ਇਹ ਆ ਡਾਇਬੀਟੀਜ਼। ਸੋ ਟਾਈਪ 1 ਡਾਇਬੀਟੀਜ਼ 'ਚ ਕੀ ਪ੍ਰੋਬਲਮ ਆ ਕਿ ਉਹ ਇਨਸੁਲਿਨ ਜਿਹੜੀ ਆ ਜਿਹੜਾ ਉਹ ਟੋਲ ਆ ਉਹ ਆਪਣੇ ਕੋਲ ਟੋਲ ਨਹੀਂ ਹੈਗਾ, ਉਹ ਇਨਸੁਲਿਨ ਨਹੀਂ ਹੈਗੀ, ਇਨਸੁਲਿਨ ਨਹੀਂ ਹੈਗੀ। ਜੇ ਇਨਸੁਲਿਨ ਨਹੀਂ ਹੈਗੀ ਇਹਦੀ ਸਿੰਪਲ ਟ੍ਰੀਟਮੈਂਟ ਆ, ਬਸ ਇਨਸੁਲਿਨ ਦੇ ਦਿਓ। ਇਨਸੁਲਿਨ ਦੇ ਇੰਜੈਕਸ਼ਨ, ਇੱਕ ਲੌਂਗ ਐਕਟਿੰਗ, ਇੱਕ ਸ਼ੋਰਟ ਐਕਟਿੰਗ। ਲੌਂਗ ਐਕਟਿੰਗ ਯੂਜਲੀ ਮਤਲਬ ਕਿ ਅਲੱਗ ਅਲੱਗ ਟਾਈਪਸ ਦੀ ਹੁੰਦੀ ਆ, ਉਹ ਬੈਟਰ ਟੂ ਡਿਸਕਸ ਜਦੋਂ ਤੁਸੀਂ ਸਾਡੇ ਕੋਲ ਆਓ, ਡਾਕਟਰ ਦੇ ਆਫਿਸ ਜਾਂਦੇ ਜੋ। ਬਟ ਇੱਕ ਇਨਸੁਲਿਨ ਤੁਸੀਂ ਮੀਲਸ ਦੇ ਨਾਲ ਲੈਣੀ ਆ, ਇੱਕ ਇਨਸੁਲਿਨ ਤੁਸੀਂ ਰਾਤ ਦੇ ਟਾਈਮ 'ਤੇ ਲੈਣੀ ਆ, ਟੂ ਸਸਟੇਨ ਦੈਟ ਨੋਰਮਲ ਬਲੱਡ ਗਲੂਕੋਜ਼ ਲੈਵਲ। ਸਿੰਪਲੀ ਤੁਸੀਂ ਆਪਣੇ ਆਪ ਨੂੰ ਉਹ ਟੋਲ ਦੇ ਰਹੇ ਜੋ ਕਿ ਤੁਹਾਡੀ ਜਿਹੜੀ ਗਲੂਕੋਜ਼ ਤੁਹਾਡੇ ਖੂਨ 'ਚੋਂ ਤੁਹਾਡੀ ਆਂਦਰਾਂ ਤੱਕ ਪਹੁੰਚ ਸਕੇ। ਟਾਈਪ 2 ਡਾਇਬੀਟੀਜ਼, ਇਹ ਜਿਹੜੀ ਡਾਇਬੀਟੀਜ਼ ਹੈ ਜਿਹੜੀ ਆਪਾਂ ਅਕਸਰ ਜ਼ਿਆਦਾ ਵੇਖਦੇ ਹਾਂ, ਇਹਦੇ 3 ਰੀਜ਼ਨ ਆ। ਇੱਕ ਇਹਦਾ ਰੀਜ਼ਨ ਹੈ ਜੈਨੈਟਿਕ ਕਿ ਤੁਹਾਡੇ ਮਾਂ ਪਿਓ ਨੂੰ ਸੀ ਅਤੇ ਹਾਇਰ ਚਾਂਸਿਸ ਆ ਕਿ ਤੁਹਾਨੂੰ ਹੋ ਸਕਦੀ ਆ। ਨੰਬਰ 2 ਇਨਵਾਇਰਮੈਂਟ, ਯੂਨੋ ਕੋਈ ਕਿਤੇ ਕੋਈ ਬਿਮਾਰੀਆਂ ਜ਼ਿਆਦਾ, ਪੋਲਿਊਸ਼ਨ ਜ਼ਿਆਦਾ, ਸਿਗਰਟ ਸਮੋਕਿੰਗ ਤੁਹਾਡੇ ਆਲੇ ਦੁਆਲੇ ਜ਼ਿਆਦਾ ਆ, ਉਹਦੇ ਕਰਕੇ ਵੀ ਥੋੜ੍ਹਾ ਬਹੁਤਾ ਚਾਂਸ ਤੁਹਾਡੇ ਵੱਧ ਜਾਂਦੇ ਆ ਕਿ ਤੁਹਾਨੂੰ ਡਾਇਬੀਟੀਜ਼ ਹੋ ਸਕਦੀ ਆ। ਨੰਬਰ 3 ਜਿਹੜਾ ਮੋਸਟ ਇੰਪੋਰਟੈਂਟ ਫੈਕਟਰ ਡਾਇਬੀਟੀਜ਼ ਕਿਉਂ ਹੁੰਦੀ ਆ, ਉਹ ਤੁਹਾਡਾ ਬਿਹੇਵੀਅਰ ਆ, ਸਪੈਸ਼ਲੀ ਫੋਰ ਟਾਈਪ 2 ਡਾਇਬੀਟੀਜ਼। 1 ਇਜ਼ ਜੈਨੈਟਿਕਸ, ਅਦਰ ਇਜ਼ ਤੁਹਾਡਾ ਬਿਹੇਵੀਅਰ, ਤੁਸੀਂ ਖਾਂਦੇ ਕੀ ਜੋ, ਤੁਹਾਡਾ ਬਲੱਡ ਪ੍ਰੈਸ਼ਰ ਕੰਟਰੋਲਡ ਹੈ ਕਿ ਨਹੀਂ ਕੰਟਰੋਲਡ ਆ, ਤੁਹਾਡੀ ਕੋਲੈਸਟਰੋਲ ਕੰਟਰੋਲਡ ਹੈ ਕਿ ਨਹੀਂ ਕੰਟਰੋਲਡ ਆ, ਤੁਸੀਂ ਐਕਸਰਸਾਈਜ਼ ਕਰਦੇ ਜੋ ਕਿ ਨਹੀਂ ਕਰਦੇ ਜੋ। ਸੋ ਇਹ ਹੁੰਦੀ ਟਾਈਪ 2 ਡਾਇਬੀਟੀਜ਼ ਦਾ ਇਹ ਆ ਕਿ ਯੂਜਲੀ ਓਵਰਵੇਟ ਪੀਪਲਸ, ਜਿਹੜੇ ਓਵਰਵੇਟ ਲੋਕ ਹੁੰਦੇ ਆ ਉਹਨਾਂ 'ਚ ਪਾਈ ਜਾਂਦੀ ਹੈ। ਕਿਉਂਕਿ ਜੇ ਤੁਸੀਂ ਇਹ ਸੋਚੋ ਕਿ ਟੋਲ ਜਿਹੜੇ ਆ, ਜਿਹੜੇ ਤੁਸੀਂ ਬ੍ਰਿਜ 'ਤੇ ਚੜ੍ਹਨ ਲਈ ਉਹ ਟੋਲ ਜਿਹੜੀ ਇਨਸੁਲਿਨ ਆ ਉਹ ਟੋਲ ਹੀ ਵੱਧ ਜਾਣ, ਜੇ ਸਰੀਰ ਤੁਹਾਡਾ ਵੱਧ ਜੇ ਤਾਂ ਤੁਹਾਨੂੰ ਓਨੀ ਜ਼ਿਆਦਾ ਇਨਸੁਲਿਨ ਦੀ ਲੋੜ ਪੈਣੀ ਆ, ਤੁਹਾਡੇ ਪੈਂਕਰੀਅਸ ਨੂੰ ਓਨੀ ਜ਼ਿਆਦਾ ਇਨਸੁਲਿਨ ਬਣਾਉਣੀ ਪੈਣੀ ਆ ਕਿ ਸਾਰੀਆਂ ਜਿਹੜੀਆਂ ਗੱਡੀਆਂ ਉਹ ਜਾਂ ਸਾਰੀ ਗਲੂਕੋਜ਼ ਜਿਹੜੀ ਆ ਉਹ ਆਂਦਰਾਂ ਤੱਕ ਪਹੁੰਚ ਜੇ। ਅਤੇ ਸਰੀਰ ਸਰੀਰ ਆ, ਜੇ ਉਹਨੂੰ ਕੋਈ ਜ਼ਿਆਦਾ ਕੰਮ ਕਰਨਾ ਪੈ ਰਿਹਾ ਤਾਂ ਉਹ ਹੋ ਸਕਦਾ ਕਿ ਉਹ ਗਿਵ ਅਪ ਕਰ ਜੇ ਜਾਂ ਉਹ ਹੌਲੀ ਹੋ ਜੇ। ਸੋ ਇਹ ਟਾਈਪ 2 ਡਾਇਬੀਟੀਜ਼ ਹੈ, ਹੌਲੀ ਹੌਲੀ ਹੁੰਦੀ ਆ। ਪਹਿਲਾਂ ਤੁਹਾਡਾ ਸਰੀਰ ਤੁਹਾਨੂੰ ਦੱਸਦਾ ਕਿ ਮੈਂ ਥੱਕ ਗਿਆ ਭਾ, ਤੂੰ ਥੋੜ੍ਹਾ ਜਿਹਾ ਕੰਟਰੋਲ ਕਰ, ਤੁਸੀਂ ਨਹੀਂ ਕਰਦੇ, ਤੁਸੀਂ ਦਵਾਈ ਨਹੀਂ ਸ਼ੁਰੂ ਕਰਦੇ ਤਾਂ ਤੁਹਾਨੂੰ ਫੁੱਲ ਬਲੋਨ ਡਾਇਬੀਟੀਜ਼ ਹੋ ਸਕਦੀ ਆ। ਸੋ ਦੈਟਸ ਯੂਰ ਟਾਈਪ 1 ਐਂਡ ਯੂਰ ਟਾਈਪ 2 ਡਾਇਬੀਟੀਜ਼। ਸੋ ਜਿੱਦਾਂ ਤੁਸੀਂ ਸਕਰੀਨ 'ਤੇ ਵੇਖ ਸਕਦੇ ਜੋ ਕਿ ਡਾਇਬੀਟੀਜ਼ ਨੂੰ ਡਾਇਗਨੋਸ ਕਰਨਾ ਬਹੁਤ ਈਜ਼ੀ ਆ। ਦੇ ਆਰ ਸਿੰਪਲ ਟੈਸਟ, ਇੱਕ ਬਲੱਡ ਗਲੂਕੋਜ਼, ਤੁਸੀਂ ਸਿੰਪਲੀ ਫਿੰਗਰ ਸਟਿੱਕ, ਤੁਸੀਂ 8 ਘੰਟੇ ਰੋਟੀ ਨਾ ਖਾਓ, ਜਿੱਦਾਂ ਤੁਸੀਂ ਰਾਤ ਨੂੰ ਸੁੱਤੇ ਜੋ, ਸਵੇਰੇ ਉੱਠ ਕੇ ਸਿੰਪਲੀ ਆਪਣੇ ਇੱਕ ਪਿੰਨ ਪ੍ਰਿੰਕ ਕਰਕੇ ਤੁਸੀਂ ਉਹ ਆਪਣੀ ਸ਼ੂਗਰ ਚੈੱਕ ਕਰਨੀ ਆ। ਜੇ ਉਹ ਤੁਹਾਡੀ ਫਾਸਟਿੰਗ ਗਲੂਕੋਜ਼ ਜਿਹਨੂੰ ਆਉਂਦੇ ਆ ਕਿ 8 ਘੰਟੇ ਤੁਸੀਂ ਰੋਟੀ ਨਹੀਂ ਖਾਧੀ, ਉਹ ਤੋਂ ਬਾਅਦ ਤੁਸੀਂ ਗਲੂਕੋਜ਼ ਚੈੱਕ ਕੀਤੀ, ਉਹ 126 ਤੋਂ ਉੱਪਰ ਆ, ਤਾਂ ਤੁਸੀਂ ਡਾਇਬੈਟਿਕ ਜੋ, ਸਿੰਪਲ। ਜਾਂ ਤੁਸੀਂ ਕਦੀ ਵੀ ਆਪਣੀ ਗਲੂਕੋਜ਼ ਚੈੱਕ ਕਰ ਲਓ, ਭਾਵੇਂ ਰੋਟੀ ਖਾਧੀ ਨਹੀਂ ਖਾਧੀ, ਤੁਸੀਂ ਗਲੂਕੋਜ਼ ਚੈੱਕ ਕੀਤੀ, ਤੁਹਾਡੀ 200 ਤੋਂ ਉੱਪਰ ਆ, ਤੁਸੀਂ ਡਾਇਬੈਟਿਕ ਜੋ। ਜੇ ਤੁਹਾਡੀਆਂ ਇਹ ਫਾਈਂਡਿੰਗਸ ਆ, ਜਾਂ ਤੁਹਾਨੂੰ ਸਿਮਟਮਸ ਆ ਡਾਇਬੀਟੀਜ਼ ਦੇ, ਟਿਪੀਕਲ ਸਿਮਟਮ ਡਾਇਬੀਟੀਜ਼ ਦੇ ਕੀ ਆ ਕਿ ਤੁਹਾਨੂੰ ਥਕਾਵਟ ਰਹੂਗੀ, ਕਿ ਜੇ ਤੁਹਾਡੀਆਂ ਆਂਦਰਾਂ ਨੂੰ ਰੋਟੀ ਨਹੀਂ ਮਿਲਦੀ, ਤਾਕਤ ਨਹੀਂ ਮਿਲਦੀ, ਤਾਂ ਯੂ ਗੋਨਾ ਬੀ ਟਾਇਰਡ, ਤੁਸੀਂ ਥੱਕੇ ਹੋਗੇ, ਤੁਹਾਨੂੰ ਪਿਸ਼ਾਬ ਜ਼ਿਆਦਾ ਆਉਣਾ, ਕਿਉਂਕਿ ਜਿਹੜਾ ਗਲੂਕੋਜ਼ ਜਿਹੜੀ ਸ਼ੂਗਰ ਜਿਹੜੀ ਖੂਨ 'ਚ ਆ ਉਹ ਤੁਹਾਡੇ ਪਿਸ਼ਾਬ, ਉਹਨੇ ਤੁਹਾਡੇ ਪਿਸ਼ਾਬ 'ਚੋਂ ਨਿਕਲਣਾ, ਹੋਰ ਤਾਂ ਕਿਤੇ ਜਾਣ ਨਹੀਂ ਦਿਓ, ਨਾ ਕਿਸੇ ਆਂਦਰਾਂ ਨੂੰ ਜਾਣ ਦਿਓ, ਖੂਨ 'ਚੋਂ ਪਿਸ਼ਾਬ 'ਚੋਂ ਬਾਹਰ। ਸੋ ਪਿਸ਼ਾਬ ਉਹ ਗਲੂਕੋਜ਼ ਨੇ, ਕਿਉਂਕਿ ਕੋਈ ਵੀ ਖੰਡ ਆ, ਸਾਇੰਸ ਦਾ ਰੂਲ ਆ, ਜਿੱਥੇ ਤੁਹਾਡੇ ਕੋਈ ਖੰਡ ਆ ਜਾਂ ਲੂਣ ਆ, ਉਹਨੇ ਪਾਣੀ ਨੂੰ ਅਟਰੈਕਟ ਕਰਨਾ, ਉਹ ਖੰਡ ਨੇ ਨਾਲ ਆਪਣੇ ਪਾਣੀ ਖਿੱਚਣਾ। ਸੋ ਜ਼ਿਆਦਾ ਉਹ, ਪਹਿਲੀ ਗੱਲ ਉਹ ਪਿਸ਼ਾਬ ਜ਼ਿਆਦਾ ਕਰਨਗੇ, ਦੂਜੀ ਗੱਲ ਉਹ ਭੁੱਖੇ ਰਹਿਣਗੇ, ਥਕਾਵਟ ਹੋਊਗੀ ਅਤੇ ਪਿਆਸੇ ਹੋਣਗੇ, ਪਾਣੀ ਜ਼ਿਆਦਾ ਪੀਣਗੇ। ਜੇ ਕੋਈ ਐਸੇ ਸਿਮਟਮ ਆ ਤਾਂ ਜ਼ਰੂਰ ਆਪਣੀ ਗਲੂਕੋਜ਼ ਚੈੱਕ ਕਰੋ। ਵੈਸੇ ਨੋਰਮਲੀ
मैं हर एक इंसान जो 18 साल की उम्र तो उपर उन्होंने कहूँगा कि साल च एक बार जरूर अपनी शुगर चैक कराया करो, साल च एक बार जरूर अपने डॉक्टर को जाया करो, जिदा आप पहली एपीसोड डिस्कस किया कि हर एक साल ते एक बार जरूर अपने डॉक्टर को जाओ, उत्थे जाके अपना ब्लड प्रैशर तो अपनी शुगर जरूर चैक कराओ, क्योंकि जे अर्ली ताड़ी शुगर डिटेक्ट हो जाए तो यदि ट्रीटमेंट शुरू हो जाए तो जिंदगी एक नॉर्मल इंसान की तरह बतीत हो सकती है। लास्टली जे ताड़ी शुगर ताड़े उपर आउंदी है फास्टिंग जां जिहड़ी ओवरनाइट फास्ट जां ताड़ी 2 आवर जे खाण तो बाद जिहड़ी शुगर जे उपर आउंदी है तो तुसीं अपने डॉक्टर को जांदे हो, एक टैसट करूगा, सिंपल टैसट HbA1c नूं आउंदे आ, इह ताड़े 3 महीने की शुगर दसदा। सो अक्सर कई बार पेशेंट साढ़े को आते हैं, आते डॉक्टर साहब वो HbA1c तो उपर आ गया सी, मैं क्योंकि रात को रोटी खाधी सी इसलिए शायद उपर आ गया, नहीं ये ऐसा टैसट आ, तुसीं भावें जिन्नी मर्जी रोटी खा लो ये उहदे करके नहीं उपर आया, ये एवरेज कढ दिंदा सानू दस दिंदा कि पिछले 3 महीने ताड़ी शुगर किन्नी रहन दी आ। सो जिदा स्क्रीन के उत्ते तुसीं वेख सकते जो इहदियां वैल्यूज़ हुंदियां, जे 5.7 तो थले आ इहदा मतलब तुहानू डायबिटीज़ नहीं हैगी, तुसीं सेफ जो जो तुसीं कर रहे हो उदां ही करदे रहो, ठीक है। जे तुसीं ओवरवेट जो तुसीं अपना भार घटाओ, पर जे 5.7 तो थले आ दैन यू आर गुड। जे 5.7 ते 6.4 दे विच आ इहनू आंदे आ प्री डायबैटिक, कि तुहानू अजे डायबिटीज़ नहीं आ पर तुहानू खतरा वा, ठीक है, तुहानू ग्रीन लाइट नहीं मिली पर ना ही तुहानू रैड लाइट मिली, अजे यैलो लाइट आ कि तुसीं किसे बन्ने भी जा सकते जो, जे तुसीं अपनी जिंदगी का कंट्रोल कर लेंदे जो तो तुसीं ठीक बन्ने जा सकते जो, पर जे तुसीं उही करदे रहे जो तुसीं पहलां कर रहे जो उही तुहाडा खाणा पीणा स्ट्रैस एंगजाइटी तो तुसीं फिर फुल ब्लोन डायबिटीज़ वल जा सकते जो, वह आ नंबर 6.5 तो उपर। जे ताड़ा HbA1c दा नंबर 6.5 तो उपर आ दैन यू हैव टू स्टार्ट ट्रीटमेंट राइट अवे, तुहानू बहुत जरूरी आ कि ताड़ी उस वेले ट्रीटमेंट शुरू होवे क्योंकि तुहानू डायबिटीज़ है, तो जे तुसीं इह ट्रीटमेंट नहीं शुरू करदे दैन थिंक अबाउट ऑल द थिंग्स दैट आई टोल्ड यू, ताड़े अंदर खंड हैगी आ पर ताड़ी आंदरां नूं नहीं जान दी, ताड़े दिमाग नूं नहीं जान दी, ताड़ा दिमाग तड़फन दिया, ताड़ा दिल तड़फन दिया, ताड़े गुरदे तड़फन दिया। सो प्लीज़ वो टैसट कराओ, हर एक साल अपने डॉक्टर को जाओ, तो जे तुहानू डायबिटीज़ होवे तो उन्हूं कैच करो ऑन टाइम। सो वट यू नो द अपनी कम्यूनिटी अगैन मोस्ट कॉमन क्वेश्चन यह होंदा कि कोई ऐसिया चीज़ा हैगियां जिहड़ियां आपां कर सकते हैं कि आपां नूं डायबिटीज़ तो प्रिवेंट आपां डायबिटीज़ तो बच सकीए। देखो कई चीज़ा तुसीं वो चेंज नहीं कर सकते, जे तुसीं आदमी जो दैन यू ताडा पहला ही उदा ही ज़्यादा चांसिज़ है डायबिटीज़ के, जे तुसीं एशियन जो आपां एशियन हैरीटेज दे आ ते अपने हायर चांसिज़ है डायबिटीज़ के, जे ताड़ी फैमिली विच जिदा आपां डिस्कस किया टाइप 2 डायबिटीज़ खास करके जे ताड़ी मदर नूं आ फादर नूं आ ग्रैंड मदर नूं आ दैन यू हैव हायर चांसिस। पर यस कुछ ऐसिया चीज़ा जरूर आ जिहड़ियां तुसीं चेंज कर सकते जो अपनी लाइफ विच डायबिटीज़ तो बचण लई जां जे ताडे डायबिटीज़ हैगी उहनूं कंट्रोल करन लई। एक क्या नंबर 1 मोस्ट इंपोर्टेंट एक्सरसाइज, एक रब ने एक ऑटोमैटिक चीज़ बनाई आ कि जदों बंदा एक्सरसाइज करदा उहनूं उह टोल प्लाजा की लोड़ नहीं पैंदी ग्लूकोज की, उहदी जिहड़ी कारां वा उहदी ग्लूकोज आ फ्री फ्लो करदी आ। सो एक्सरसाइज वो एक टाइम आ रब ने दिता कि जदों टोल प्लाजा की लोड़ नहीं, तुहानूं इंसुलिन की लोड़ नहीं, ऑटोमैटिक जिहड़ी ग्लूकोज आ उह तुहाडी आंदरां नूं जांदी आ। सो एक्सरसाइज इसलिए डायबैटिक्स लई बहुत जरूरी आ। नंबर 2 जिहड़ी डाइट कंट्रोल, वेखो एक आम इंसान नूं वी मैं जां तुसीं जां किसे नूं वी वड्डे मील नहीं खाने चाहिए, ज़्यादा रोटी एक टाइम पर नहीं खानी चाहिए क्योंकि उदों ताड़ी ग्लूकोज सर्ज हुंदी आ, वो जिहड़ा टाइम ताड़ी ग्लूकोज शरीर च वधदी आ उदों ताड़े अंदर सोज पैंदी आ, तुहाडे अंदर ऐसिया चीज़ां रिलीज़ हुंदियां जिहड़ियां ताड़े शरीर लई हार्मफुल आ। सो जिहड़ी रोटी आ उहनूं मिनिमम रखो, जिथे तुहानूं एक रोटी दी लोड़ आ उत्थे एक ही रोटी खाओ, तो याद रखो जो तुसीं रोटी खाते जो वो ताड़े ढिड विच जांदी आ फिर ताड़े दिमाग नूं दसदी आ कि मेरा ढिड भर गया। सो मेक श्योर यू गिव दैट 15 मिनट, 15 मिनट लगते हैं ताड़े ढिड तो दिमाग तक वो सिग्नल जाने लई कि तेरा ढिड भर गया। सो हौली खाओ रोटी ते हिसाब नाल खाओ रोटी, बाकी जे तुसीं भार घटा सकते जो ब्लड प्रैशर अपना, ब्लड प्रैशर एक ऐसी चीज़ है जिहड़ी बहुत जरूरी आ कंट्रोल च रखण लई, कि जे तुसीं ब्लड प्रैशर ताड़ा हाई आ ते दैन जिहड़ा डायबिटीज़ आ उहदे होण दे चांस वध जांदे आ। ते दीज वर द यू नो इंपॉर्टेंट थिंग्स टू नोट।
बाकी इदा ही आपां इह कॉन्वर्सेशन जारी रखते हैं छोटी जी ब्रेक तो बाद। सो वेलकम बैक, आपां डिस्कस कर रहे सी डायबिटीज़। रिमैंबर दो डायबिटीज़ किसी ने भी हो सकती है, ओलंपियंस, प्रेजिडेंट्स, वटएवर। दो टाइप दी है, टाइप वन, टाइप टू। टाइप वन यंगर एज होंगी है, टाइप टू यूजली 30s and 40s। यदी टैसट फिंगर स्टिक चैक करते हैं तो तुम डॉक्टर को जाओगे, वो ताे 3 महीने की एवरेज कट के तुम दस सकता कि तुम कि माड़ी डायबिटीज़ आ। तो हूँ तुम जिदा स्क्रीन पर वेख सकते जो कि डायबिटीज़ के बैड इफेक्ट्स की आ, कि जे तुम डायबिटीज़ है, ताकि HbA1c इज़ मोर दैन 6.5 एंड यू डोंट टेक मैडीकेशनस, और जी आप गलत मैडीकेशनस लै रहे जो तो जिदा मैं आप गल की शुरू शो के शुरू में वो बच्चे की कि वो नाल की हो रहा सी। सो जे तुसी इंसुलिन जां ताडी इंसुलिन घट आ जां तुसी दवाई नहीं रह रहे तो ताडियां आंदरां तड़फन दियां, जिहड़ा हार्ट आ उहनू ग्लूकोस नहीं जा रही, वह पंप नहीं कर पा रहा खून ताडे शरीर नू, जिहड़े ताडा ब्रेन आ वो सोचना बंद कर दिंदा, सदा तुसी थके थके रहिंदे जो। जिहड़े ताडी किडनी आ वो पूरा काम नहीं कर पा रही, जिहड़े ताडी किडनी आ वो ताडे टॉक्सिनस क्लीयर नहीं कर पा रही, ताडे अंदर जिहड़े वेस्ट प्रोडक्ट्स इकट्ठियां होई जांदियां, ताडी लिवर जिहड़ी आ वो ताडे जिहड़े आ जिहड़ा गंद मंद आ उहनू ब्रेक डाउन नहीं कर पाउंदी, ताडी लिवर जिहड़ी आ वो थक जांदी आ। इदां ही ताडियां अखां, अक्सर डायबिटीज़ दे विच अखां दी प्रॉब्लम आउंदी आ, क्योंकि ताडी अखां दे विच वो जिहड़ी खंड आ वो पानी अट्रैक्ट करदी आ, उहदे नाल सोज पै जांदी आ। सो ताडे जिहड़े नर्वस आ, स्मॉल स्मॉल जिहड़ियां नर्वस आ, जिहड़ियां नर्व एंडिंग्स आ ताडे हत्थां ते पैरां ते, वह हौली हौली सेंसेशन लूज़ करनियां शुरू कर दिंदियां, ते तुसीं उहनां दे अक्सर डायबिटिक्स जिहड़े आ उहनां नूं अपणियां जिहड़े फिंगर नेल्स आ जां फिंगरस आ वो टोज आ वो फील नहीं कर पाउंदे। सो इसलिए बहुत जरूरी आ कि जे तुहानूं डायबिटीज़ आ, तुसीं डायबिटीज़ नूं अर्ली कंट्रोल करो बिफोर आ चीज़ां हो जाण, क्योंकि जिहड़ा एक वारी डैमेज हो जाणा शरीर, जिहड़ा हार्ट नूं डैमेज होने नाल ब्रेन जे स्ट्रोक हो जाए वो फिर वापस आना बहुत औखा हो जाता। दैट्स वाई से जदों ताडी उम्र 18 साल तो उपर आउंदी आ दैन मेक श्योर तुसीं अपने डॉक्टर को हर एक साल जाओ। तो ये टैसट ऐसे आ जिहड़े असीं हर एक साल करते हैं अपने पेशेंट ते, ब्लड प्रैशर, डायबिटीज़। मैनूं पता है बहुत ज़्यादा मटीरियल है जिहड़ा आप कवर कर रहे हैं, जिदा आप पिछले हफ्ते हाइपर टेंशन कवर की सी, बट यू नो ट्राई योर बेस्ट एंड वो असी जरूर ये अगले शोज़ के उपर फिर दोबारा वापस लैके आने की कोशिश करांगे सिमिलर टॉपिक्स। ट्रीटमेंट्स डायबिटीज़ लई बहुत सिंपल है। टाइप वन जिदा आप गल की इंसुलिन, टाइप टू द बिगेस्ट मेडिकेशन जी इस वे मार्केट से वो मेटफॉर्मिन, पर हुण काफ़ी रिसर्च हुई आ पिछले 1 साल 2 साल विच कार्डियोलॉजी विच तरतली मचाई पई आ, नवे 2-3 ड्रग्स ने जिन्हां ने फॉर द फर्स्ट टाइम जिन्हां ने शो किया कि ये ड्रग्स लैन ना, ये मेडिकेशनस लैन ना ताडी जिहड़ी उम्र वधदी आ। मेटफॉर्मिन दा ये ऐसी कोई स्टडी नहीं आ, पर जिहड़े नवे मेडिकेशनस आई आ मार्केट ते उन्हां ने ऐसा विखाया वा कि बंदे ये दवाइया लैन ना पहली गल ते डायबिटीज़ कंट्रोल च रहिंदी आ, दूजी गल ये कि ताडी जिंदगी भी वधदी आ। सो इसलिए बहुत जरूरी अगैन कि तुसी अपने डॉक्टर नाल डिस्कस करो कि ये की मेडिकेशनस ने ते ताडे लई कम कर सकदियां कि नहीं। स्पैशली डायबैटिक सेंटर्स होंदे ने जिन्हां दी डायबिटीज़ कंट्रोल विच नहीं, और डायबैटिक सेंटर्स विच जा सकदे ने जिहड़े स्पैशलाइज्ड होंदे आ पेशेंट्स लई, डायबैटिक पेशेंट्स लई। सो दैट वॉज डायबिटीज़ सिंपल, अगैन प्रिवेंट कर सकते जो तुसी खाओ पियो वधिया, बट अगैन जे ताडा एक पॉइंट आ जे 6.5 तो वध HbA1c आ दैन यू हैव टू स्टार्ट ट्रीटमेंट। हुण आपां गल करदे आ कॉमन मिथ्स दी। अपने कल्चर तुसी अक्सर वेखोगे पिंडां च जां गुरुद्वारां च लोकी जलेबियां खांदे हुंदे आ ते वो ऐसियां गल्लां कर दिंदे आ जां सानूं ऐसियां गल्लां पुछ लैंदे आ जिन्हां असीं वी हैरान हो जांदे आ। ते मैं वो कंपाइल कीते वो कॉमन क्वेश्चन जिहड़े मैनूं आउंदे आ इन्ना इन्ना अपनी अपनी कम्यूनिटी तो कि उन्होंने कवर करा तो कि वह सच आ कि वह झूठ आ, जां इंटरनेट पर कई बार चीज़ा ऐसा पाई जा जी बिलीव कर पेंदे आ पर वो सही नहीं होंदिया। सो पहली मिथ जी पहली गल जी अक्सर पिंड पाई जाती वो आँदी है कि जो डायबिटीज़ आ वो तो शहर की बीमारी है, क्योंकि पिंड के लोग तो खंड खाते नहीं।
ਸੋ ਜਿੱਦਾਂ ਆਪਾਂ ਪਹਿਲਾਂ ਡਿਸਕਸ ਕੀਤਾ ਇਹ ਨਹੀਂ ਸਹੀ। ਜਿਹੜੀ ਡਾਇਬੀਟੀਜ਼ ਹੈ ਇਹਦਾ ਇੱਕ ਜੈਨੇਟਿਕ ਫੈਕਟਰ ਵੀ ਆ, ਤੁਹਾਡੀ ਜੀਨਸ ਦੇ ਵਿੱਚ, ਤੁਹਾਡੀ ਇਨਵਾਇਰਮੈਂਟ ਤੋਂ, ਪੋਲੂਸ਼ਨ, ਗੰਦਾ ਪਾਣੀ, ਗੰਦਾ ਵਾਤਾਵਰਨ, ਇਹ ਸਾਰਾ ਕੁਝ ਡਾਇਬੀਟੀਜ਼ ਵੱਲ ਤੋਰ ਸਕਦਾ ਬੰਦੇ ਨੂੰ। ਸੋ ਓਨੇ ਹੀ ਬੰਦੇ ਪਿੰਡ 'ਚ ਅਫੈਕਟਿਡ ਵੇਖੀ ਜਾਂਦੇ ਆ ਜਿੰਨੇ ਸ਼ਹਿਰਾਂ 'ਚ। ਅਤੇ ਅਕਸਰ ਅਸੀਂ ਆਪਣੇ ਕੈਂਪਸ ਜਦੋਂ ਅਸੀਂ ਲਾਉਂਦੇ ਹਾਂ ਉਹਦੇ ਵਿੱਚ ਵੇਖੀਦਾ ਕਿ ਕਿੰਨੇ ਲੋਕ ਆ ਪਿੰਡਾਂ 'ਚ ਜਿਹੜੇ ਅਨਡਾਇਗਨੋਸਡ ਹੁੰਦੇ ਆ ਡਾਇਬੀਟੀਜ਼ ਦੇ, ਅਤੇ ਉਦੋਂ ਉਹਨਾਂ ਨੂੰ ਪਤਾ ਲੱਗਦਾ ਜਦੋਂ ਹਾਰਟ ਅਟੈਕ ਹੋ ਜਾਂਦਾ। ਸੋ ਵੇਖੋ ਉਦੋਂ ਤੱਕ ਵੇਟ ਨਾ ਕਰੋ, ਆਪਣੇ ਫੈਮਿਲੀ ਮੈਂਬਰਸ ਨੂੰ ਉਹ ਉੱਥੋਂ ਤੱਕ ਉਹ ਸਿਚੁਏਸ਼ਨ 'ਚ ਨਾ ਪਾਓ। ਸੋ ਪਲੀਜ਼ ਗੇਟ ਯੋਰਸੈਲਫ ਚੈੱਕਡ, ਅਤੇ ਜੇ ਡਾਇਬੀਟੀਜ਼ ਆ ਉਹਦਾ ਈਜ਼ੀ ਟ੍ਰੀਟਮੈਂਟ ਆ, ਸੋ ਡੈਫਨਿਟਲੀ ਗੇਟ ਯੋਰਸੈਲਫ ਚੈੱਕਡ ਅਗੈਨ। ਇਹ ਐਸੀ ਬਿਮਾਰੀ ਹੈ ਜਿਹੜੀ ਪਿੰਡਾਂ 'ਚ ਆ, ਸ਼ਹਿਰਾਂ 'ਚ ਆ, ਪ੍ਰੈਜੀਡੈਂਟਸ ਨੂੰ ਆ, ਓਲੰਪੀਅਨਸ ਨੂੰ ਆ, ਮੂਵੀ ਸਟਾਰਸ ਨੂੰ ਆ, ਕਿਸੇ ਨੂੰ ਵੀ ਹੋ ਸਕਦੀ ਆ। ਦੂਜੀ ਮਿਥ ਜਿਹੜੀ ਕਾਮਨ ਕਿ ਮੈਂ ਸ਼ਾਇਦ ਜ਼ਰੂਰ ਕੁਛ ਗਲਤ ਕੀਤਾ ਹੋਊਗਾ ਕਿ ਮੈਨੂੰ ਡਾਇਬੀਟੀਜ਼ ਆ। ਅਕਸਰ ਇਹ ਚੀਜ਼ ਫੀਮੇਲਸ ਵਿੱਚ ਪਾਈ ਜਾਂਦੀ ਆ। ਅਗੈਨ ਤੁਸੀਂ ਕੁਛ ਗਲਤ ਨਹੀਂ ਕੀਤਾ, ਠੀਕ ਹੈ, ਜੇ ਤੁਹਾਨੂੰ ਟਾਈਪ 2 ਡਾਇਬੀਟੀਜ਼ ਆ, ਜੇ ਤੁਸੀਂ ਤੁਹਾਡਾ ਵੇਟ ਜ਼ਿਆਦਾ, ਹੋ ਸਕਦਾ ਤੁਹਾਨੂੰ ਥਾਇਰੋਇਡ ਦੀ ਪ੍ਰੋਬਲਮ ਹੋਵੇ ਇਸ ਲਈ ਤੁਹਾਡਾ ਭਾਰ ਜ਼ਿਆਦਾ, ਜਾਂ ਤੁਹਾਨੂੰ ਕੋਈ ਅੰਦਰੂਨੀ ਕੋਈ ਐਸੀ ਪ੍ਰੋਬਲਮ ਹੈ ਜਿਹੜੀ ਅਸੀਂ ਈਜ਼ਲੀ ਡਾਇਗਨੋਸ ਕਰ ਸਕਦੇ ਹਾਂ, ਉਹਦੇ ਕਰਕੇ ਤੁਹਾਡਾ ਭਾਰ ਜ਼ਿਆਦਾ ਵੱਧ ਗਿਆ। ਇਸ ਲਈ ਡਾਕਟਰ ਕੋਲ ਜਾਣਾ ਬਹੁਤ ਜ਼ਰੂਰੀ ਆ, ਕਿਉਂਕਿ ਕਈ ਵਾਰੀ ਡਾਇਬੀਟੀਜ਼ ਜਿਹੜਾ ਨਾ ਉਹ ਵੀ ਕਿਸੇ ਚੀਜ਼ ਦੇ ਕਰਕੇ ਹੋਇਆ ਹੁੰਦਾ, ਰਾਈਟ। ਸੋ ਤੁਹਾਡੀ ਉਹ 'ਚ ਤੁਹਾਡੀ ਕੋਈ ਗਲਤੀ ਨਹੀਂ ਕਿ ਜੇ ਤੁਹਾਨੂੰ ਡਾਇਬੀਟੀਜ਼ ਆ, ਪਰ ਇਹ ਆ ਕਿ ਜੇ ਤੁਹਾਨੂੰ ਹੋ ਗਈ ਆ, ਜੇ ਇਨਵਾਇਰਮੈਂਟ ਕਰਕੇ ਆ ਜਾਂ ਜੈਨੈਟਿਕਸ ਕਰਕੇ ਆ, ਅਤੇ ਜੇ ਬਿਹੇਵੀਅਰ ਕਰਕੇ ਆ, ਬਿਹੇਵੀਅਰ ਆਪਾਂ ਚੇਂਜ ਕਰ ਸਕਦੇ ਹਾਂ, ਪਰ ਪਹਿਲੀ ਗੱਲ ਕੋਈ ਵੀ ਬਿਹੇਵੀਅਰ ਚੇਂਜ ਕਰਨ ਤੋਂ ਪਹਿਲਾਂ ਆਪਾਂ ਨੂੰ ਐਕਸੈਪਟ ਕਰਨਾ ਪਊਗਾ ਕਿ ਆਪਣੇ ਬਿਹੇਵੀਅਰ 'ਚ ਪ੍ਰੋਬਲਮ ਆ। ਸੋ ਤੁਸੀਂ ਡਾਕਟਰ ਨੂੰ ਮਿਲੋ ਅਤੇ ਉਹ ਤੁਹਾਡਾ ਇਹ ਚੀਜ਼ ਦਾ ਹੱਲ ਕੱਢ ਸਕਦਾ, ਪਰ ਇਹਨੂੰ ਡਿਨਾਈ ਕਰਨਾ ਜਾਂ ਕਹਿਣਾ ਕਿ ਮੈਂ ਜ਼ਰੂਰ ਕੁਛ ਗਲਤ ਕੀਤਾ ਹੋਊ ਇਸ ਲਈ ਮੈਨੂੰ ਇਹ ਰਾਈਟ ਨਹੀਂ ਆ। ਤੀਜੀ ਗੱਲ, ਅਕਸਰ ਇਹ ਪਿਛਲੇ ਹਫ਼ਤੇ ਮੇਰੇ ਨਾਲ ਹੋਇਆ, ਸੈਡਲੀ ਇੱਕ ਗੁਰਦੁਆਰੇ 'ਚ ਹਾਂ ਮੈਂ, ਅਤੇ ਮੈਨੂੰ ਕਿਸੇ ਨੇ ਆ ਕੇ ਕਿਹਾ ਕਿ ਮੈਨੂੰ ਡਾਇਬੀਟੀਜ਼ ਸੀ, ਮੈਨੂੰ ਮੇਰੀ ਬਲੱਡ ਸ਼ੂਗਰ 500 ਤੱਕ ਰਹਿੰਦੀ ਸੀ, ਪਰ ਹੁਣ ਮੇਰੀ ਡਾਇਬੀਟੀਜ਼ ਕੰਟਰੋਲ ਹੋ ਗਈ, ਹੁਣ ਮੈਂ ਕੋਈ ਦਵਾਈ ਨਹੀਂ ਖਾਂਦਾ, ਆਪਣੇ ਆਪ ਹੀ ਹੁਣ ਮੇਰੀ ਕੰਟਰੋਲ 'ਚ ਰਹਿੰਦੀ ਹੈ, ਅਤੇ ਹੁਣ ਮੇਰੀ 150 160 ਰਹਿੰਦੀ ਆ। ਸੋ ਮੈਂ ਉਹਨੂੰ ਦੱਸਣਾ ਚਾਹੂੰਗਾ, ਜਾਂ ਮੈਂ ਹਰ ਇੱਕ ਨੂੰ ਇਹੋ ਗੱਲ ਫਿਰ ਦੱਸੂਗਾ, ਹੋ ਸਕਦਾ ਸ਼ਾਇਦ ਤੁਹਾਨੂੰ ਥਾਇਰੋਇਡ ਦੀ ਪ੍ਰੋਬਲਮ ਹੋਵੇ, ਜਾਂ ਤੁਹਾਡੇ ਤੁਸੀਂ ਸਟੈਰੋਇਡਸ ਲੈਂਦੇ ਹੋ ਕਿ ਜਿਹਦੇ ਕਰਕੇ ਤੁਹਾਡੀ ਬਲੱਡ ਸ਼ੂਗਰ ਉਸ ਟਾਈਮ 'ਤੇ ਵਧੀ ਹੋਵੇ ਜਦੋਂ ਤੁਸੀਂ ਚੈੱਕ ਕੀਤੀ ਹੋਵੇ। ਪਰ ਨੋਰਮਲੀ ਜੇ ਤੁਹਾਡੀ ਬਲੱਡ ਸ਼ੂਗਰ 500 ਤੱਕ ਜਾਂਦੇ ਹੀ ਆ, ਦੈਨ ਮੋਸਟ ਲਾਈਕਲੀ ਤੁਹਾਨੂੰ ਡਾਇਬੀਟੀਜ਼ ਆ, ਅਤੇ ਹਜੇ ਵੀ ਤੁਹਾਨੂੰ ਡਾਇਬੀਟੀਜ਼ ਆ। ਇਹ ਆ ਕਿ ਤੁਹਾਨੂੰ ਉਹਦੇ ਸਿਮਟਮ ਨਹੀਂ ਪਤਾ ਲੱਗ ਰਹੇ, ਕਿਉਂਕਿ ਜਿੱਦਾਂ ਹਾਈਪਰ ਟੈਂਸ਼ਨ ਇੱਕ ਸਾਇਲੈਂਟ ਕਿਲਰ ਆ, ਉੱਦਾਂ ਹੀ ਡਾਇਬੀਟੀਜ਼ ਵੀ ਇੱਕ ਸਾਇਲੈਂਟ ਕਿਲਰ ਆ। ਹਾਈਪਰ ਟੈਂਸ਼ਨ ਅਤੇ ਡਾਇਬੀਟੀਜ਼ ਦੋਵੇਂ ਅਮੈਰੀਕਾ ਦੇ ਟੋਪ 1 and 2 ਸਾਇਲੈਂਟ ਕਿਲਰਸ ਆ। ਤੁਹਾਨੂੰ ਉਦੋਂ ਪਤਾ ਲੱਗਦਾ ਜਦੋਂ ਟੂ ਲੇਟ ਹੋ ਜਾਂਦਾ, ਜਦੋਂ ਤੁਹਾਨੂੰ ਹਾਰਟ ਅਟੈਕ ਹੋ ਜਾਂਦਾ ਜਾਂ ਤੁਹਾਡੀਆਂ ਕਿਡਨੀਆਂ ਜਵਾਬ ਦੇ ਜਾਂਦੀਆਂ। ਸੋ ਉਦੋਂ ਤੱਕ ਵੇਟ ਨਾ ਕਰੋ, ਉਹ ਸਿੰਪਲ ਟੈਸਟ ਹੈ, ਕਿੱਡਾ ਸੌਖਾ ਟੈਸਟ ਹੈ, HbA1c ਇੱਕ ਟੈਸਟ ਆ, ਉਹਨੇ ਤੁਹਾਨੂੰ ਦੱਸ ਦੇਣਾ ਤੁਹਾਨੂੰ ਡਾਇਬੀਟੀਜ਼ ਆਇਆ ਕਿ ਨਹੀਂ। ਡਾਕਟਰ ਕੋਲ ਜ਼ਰੂਰ ਜਾਓ। ਇੱਕ ਜਿਹੜਾ ਬੀਬੀਆਂ ਦਾ ਇਹ ਕੁਐਸਚਨ ਹੁੰਦਾ, ਕਿਉਂਕਿ ਕਈ ਵਾਰੀ ਯੰਗ ਏਜ 'ਚ ਫੀਮੇਲਸ ਨੂੰ ਟਾਈਪ 1 ਡਾਇਬੀਟੀਜ਼ ਹੋ ਜਾਂਦੀਆਂ, ਅਤੇ ਉਹਨਾਂ ਦਾ ਇਹ ਕੁਐਸਚਨ ਹੁੰਦਾ ਕਿ ਮੈਂ ਪ੍ਰੈਗਨੈਂਟ ਹੋ ਸਕਦੀ ਹਾਂ, ਕਿਤੇ ਮੇਰੇ ਬੱਚੇ ਨੂੰ ਤਾਂ ਨਹੀਂ ਡਾਇਬੀਟੀਜ਼ ਹੋ ਸਕਦੀ। ਡੈਫੀਨੇਟਲੀ 100% ਤੁਸੀਂ ਪ੍ਰੈਗਨੈਂਟ ਹੋ ਸਕਦੇ ਜੋ, ਤੁਸੀਂ ਬੱਚਾ ਪ੍ਰੋਡਿਊਸ ਕਰ ਸਕਦੇ ਜੋ, ਇਹ 'ਚ ਕੋਈ ਵੀ ਐਸੀ ਪ੍ਰੋਬਲਮ ਨਹੀਂ। ਬਸ ਇਹ ਆ ਕਿ ਜਦੋਂ ਜੇ ਤੁਹਾਨੂੰ ਡਾਇਬੀਟੀਜ਼ ਆ ਐਂਡ ਯੂ ਵਾਂਟ ਟੂ ਗੈਟ ਪ੍ਰੈਗਨੈਂਟ, ਤੁਸੀਂ ਪ੍ਰੈਗਨੈਂਟ ਹੋਣਾ ਚਾਹੁੰਦੇ ਜੋ, ਉਦੋਂ ਡਾਕਟਰ ਕੋਲ ਜ਼ਰੂਰ ਜਾਓ, ਡਾਇਬੈਟਿਕ ਸਪੈਸ਼ਲਿਸਟ ਕੋਲ ਜ਼ਰੂਰ ਜਾਓ, ਕਿਉਂਕਿ ਅਸੀਂ ਤੁਹਾਨੂੰ ਉਹ ਸਾਰੀਆਂ ਦਵਾਈਆਂ ਉਸ ਹਿਸਾਬ ਨਾਲ ਦੇ ਸਕਦੇ ਹਾਂ, ਉਸ ਹਿਸਾਬ ਨਾਲ ਤੁਹਾਡੀ ਇੱਕ ਖਾਣ ਪੀਣ ਦੀ ਰੈਜੂਮੈਨ ਪਾ ਸਕਦੇ ਹਾਂ ਕਿ ਤੁਹਾਡੇ ਬੱਚੇ ਨੂੰ ਕੋਈ ਨੁਕਸਾਨ ਨਾ ਹੋਊਗਾ, ਨਾ ਹੀ ਤੁਹਾਨੂੰ ਕੋਈ ਨੁਕਸਾਨ ਹੋਵੇ ਉਸ ਟਾਈਮ 'ਤੇ। ਸੋ ਯੂ ਕੈਨ ਈਜ਼ਲੀ ਗੈਟ ਪ੍ਰੈਗਨੈਂਟ ਐਂਡ ਯੂ ਕੈਨ ਈਜ਼ਲੀ ਗੋ ਥਰੂ ਦ ਪ੍ਰੈਗਨੈਂਸੀ, ਅ ਸੇਫ ਪ੍ਰੈਗਨੈਂਸੀ, ਬਟ ਜਸਟ ਮੇਕ ਸ਼ੋਰ ਕਿ ਤੁਸੀਂ ਆਪਣੇ ਡਾਕਟਰ ਕੋਲ ਜ਼ਰੂਰ ਜਾਓ, ਅਤੇ ਜਿਹੜੀਆਂ ਦਵਾਈਆਂ ਤੁਹਾਨੂੰ ਪ੍ਰਿਸਕ੍ਰਾਈਬ ਕੀਤੀਆਂ ਜਾਣਗੀਆਂ ਜਾਂ ਜਿਹੜੇ ਟੈਸਟ ਤੁਹਾਨੂੰ ਕਹੇ ਜਾਣਗੇ ਉਹ ਜ਼ਰੂਰ ਕਰਾਓ, ਠੀਕ ਆ। ਲਾਸਟ ਮਿਥ ਕਿ ਜਲੇਬੀ ਜਿਹੜੀ ਆ ਉਹ ਪਿੰਡ ਦਾ ਖਾਣਾ ਪੀਣਾ ਵਾ, ਅਤੇ ਜਿਹੜੀ ਉਹਦੇ ਵਿੱਚ ਸ਼ੂਗਰ ਹੁੰਦੀ ਨਾ, ਜਿਹੜੀ ਉਹ 'ਚ ਖੰਡ ਆ, ਉਹ ਵਧੀਆ ਖੰਡ ਆ, ਉਹਨਾਂ ਡਾਇਬੀਟੀ ਡਿਊਬਿਟੀ ਦਾ ਕੋਈ ਲੈਣਾ ਦੇਣਾ ਨਹੀਂ। ਸੋ ਅਗੈਨ ਇਹ ਮੇਰੇ ਜਿਹੜੇ ਪਿੰਡ ਤੋਂ ਆਏ ਭਰਾ ਕੋਈ, ਇਹ ਵੀ ਪਿੰਡ ਤੋਂ ਆਏ ਆ, ਸਾਡੀਆਂ ਵੀ ਗੱਲਾਂ ਇਹੋ ਜਿਹੀਆਂ ਹੀ ਆ, ਅਤੇ ਮੈਂ ਉਹਨਾਂ ਨੂੰ ਪਲੀਜ਼ ਦੱਸਾਂ ਕਿ ਇਹ ਗੱਲਾਂ ਤੋਂ ਪਰਹੇਜ਼ ਕਰੋ। ਮੈਂ ਤਾਂ ਇਹ ਕਹਿੰਦਾ ਜਿਹੜੇ ਲੋਕ ਇਹ ਗੱਲਾਂ ਕਰਦੇ ਉਹ ਤੁਹਾਡੇ ਦੁਸ਼ਮਣ ਆ, ਕਿਉਂਕਿ ਇਹ 'ਚ ਕੋਈ ਹੱਸਣ ਵਾਲੀ ਗੱਲ ਹੀ ਨਹੀਂ ਕਿ ਜੇ ਕੋਈ ਬੰਦਾ ਤੁਹਾਨੂੰ ਮਾਰਨ ਦਿਆ, ਜੋ ਐਸੀ ਚੀਜ਼ ਆ ਡਾਇਬਿਟੀ, ਐਸੀ ਚੀਜ਼ ਆ, ਤੁਸੀਂ ਮੰਨੋ ਅੱਜ ਕਿ ਇਹ ਐਸੀ ਚੀਜ਼ ਜਿਹੜੀ ਤੁਹਾਡੀ ਹਰ ਇੱਕ ਅੰਦਰ ਨੂੰ ਮਾਰਦੀ ਆ, ਅਤੇ ਕੋਈ ਬੰਦਾ ਤੁਹਾਨੂੰ ਇਹ ਕਹਿੰਦਾ ਕਿ ਇਹ ਚੀਜ਼ ਤੁਹਾਡੇ ਲਈ ਠੀਕ ਆ, ਉਹ ਤੁਹਾਡਾ ਦੁਸ਼ਮਣ ਹੀ ਹੋਊਗਾ। ਸੋ ਪਲੀਜ਼ ਇਹ ਚੀਜ਼ ਤੋਂ ਪਰਹੇਜ਼ ਕਰੋ। ਜਿਹੜੀ ਵੀ ਕੋਈ ਸ਼ੂਗਰ ਵਾਲੀ, ਹਾਈ ਸ਼ੂਗਰ ਜਾਂ ਹਾਈ ਕਾਰਬੋਹਾਈਡਰੇਟ ਵਾਲੀ ਕੰਟੈਂਟ ਦੀ ਚੀਜ਼ ਆ, ਉਹ ਡਾਇਬੈਟਿਕਲੀ ਨਹੀਂ ਚੰਗੀ। ਡਾਇਬੈਟਿਕਲੀ ਚੰਗਾ ਵਾ ਹਾਈ ਫਾਈਬਰ ਫੂਡ, ਹਾਈ ਪ੍ਰੋਟੀਨ ਫੂਡ,
ठीक है, हाई फाइबर फूड, हाई प्रोटीन फूड, गुड फैट्स, पर जी हाई कार्बोहाइड्रेट वाली फूड्स आ जिन्हें शुगर उस वे बंप अप होंगी है, जिदा सोडे जूस, ये नहीं चंगे, फ्रूट्स चंगे आ, ट्राई टू टेक फ्रूट्स ओवर जूसिस। नट्स बहुत चंगे आ डायबैटिक्स लिए, जिदा अपने पीनट्स भावें होन या आलमंडस होन, बदाम, काजू, खरोट, आलमोस्ट 500 कैलरियाँ एक कप तुसी खा सकते जो रोज़, जे तुसी डायबैटिक जो, जे तुसी डायबैटिक जो जरूर को एक बूस्ट एनर्जी ड्रिंक जहाँ मिल जाता, वह नाम है बूस्ट या इंश्योर, वो जरूर एक दिन च पिया करो, भावें सिप सिप करके, वह की है तुहाडे जिहड़े इंपोर्टेंट मल्टीवाइटमिन आ, इंपोर्टेंट प्रोटीन है तुहाडे मसल्स के लिए, क्योंकि तुहाडा मसल्स भी टुटते डायबैटिक्स में, जो भुख लगती है, जो वो शुगर तुहाडे मसल्स ते नहीं जाती, तुहाडे मसल्स भुरदे आ, ठीक है। सो जरूर कोई प्रोटीन ड्रिंक जिदा इंश्योर या डायबैटिक्स लिए स्पैशल होंदा बूस्ट, वो जरूर पियो। सो अगेन जस्ट टू रीकैप, टाइप 1 टाइप 2 डायबिटीज़ ईजली ट्रीटेबल, बहुत सौखी तरह तुम ट्रीट कर सकते हो, पर तुहानू डॉक्टर तो मिलने की बहुत जरूरत है। जिहड़ा बंदा तुहानू कहिंदा कि तुसी डॉक्टर तो ना जाओ या दवाई ना खाओ, तुहाडा दुश्मन है, वो तुहाडा फ्रेंड नहीं हो सकता। सो अज दा समा इन्ना इजाजत देंदा, पर मैं तुहाडे लिए एक बार क्विकली फिर रीकैप करना चाहुंदा कि डायबिटीज़ होंदी की है। अगेन डायबिटीज़ दो टाइप की है, टाइप 1 टाइप 2, राइट। टाइप 1 तुहाडे जिहड़े रिसेप्टर्स की आपां गल कीती सी, टॉल प्लाजे जिहड़े तुहानू ब्रिज नहीं क्रॉस कर देंदे, वो आ। टाइप 2 तुहाडे प्लाजे ही बहुत ज़्यादा आ कि तुसी तुहाडियां गड्डियां ही इन्नियां जा रहीं कि वो टॉल प्लाजे घट आ, गड्डियां जा रहीं तुहाडी निकल नहीं दी, उहदे करके तुहाडी प्रॉब्लम हो रही आ। हर एक अंदर नूं ग्लूकोज की लोड़ आ, खंड की लोड़ आ, पर वो खंड तुहाडी खून च ही रहन दी आ, उन्हां तक पहुँचन नहीं दी। तुसी रोटी खा रहे जो, पर तुहाडियां अंदरां तड़फन दियां, तुहाडा दिमाग तड़फन दिया, तुहाडा हार्ट तड़फन दिया। ईजी टैसट आ, ब्लड शुगर चैक करनी सिंपल, तो जां तुहाडे 3 महीने की ब्लड ग्लूकोज की एवरेज कढ सकदे जदों तुसी डॉक्टर को जाना। ईजली तुहानू दस सकदा कि तुसी ठीक जो, प्री डायबैटिक तो नहीं जां पूरे डायबैटिक तो नहीं, तो जे तुहाडी टाइम सिर डायबिटीज़ डायग्नोस हो जाए, उहदी ट्रीटमेंट शुरू हो जाए, तो तुहाडी जिंदगी उन्नी ही खुशहालमंद हो सकती जिनी एक नॉर्मल परसन की होंगी है। सो प्लीज़ डॉक्टर को जाओ, अपने आप को टैसट कराओ, हर एक साल डॉक्टर को जरूर जाओ, उन्हें विजिट करो, अपना ब्लड प्रैशर तो अपनी डायबिटीज़ चैक करो। मैं पता काफ़ी कुछ आप कवर किया, पर यह टॉपिक्स हाइपरटेंशन डायबिटीज़ आप फिर कवर करांगे। तुसी अपने क्वेश्चन जरूर मैनू भेजो, तो आप ट्राई करांगे अगले एपीसोड इन्हों आंसर करने की कोशिश करांगे। अगेन मेरा ईमेल है drswaiman@justbroadcasting.com। तो अगले हफ्ते मिलते हैं एक नवे टॉपिक के नाल, उदों तक सत श्री अकाल।